ਪੰਚੀ ਨੂੰ ਪ੍ਰਭੂ ਪਸਤਾਨ ਦਾ ਨਾਮ ਪਿੰਕੀ ਹੈ ਤੇ ਬਲਪੁਰੀਆਂ ਦੇ ਰਹਿਣ ਵਾਲੇ ਹਨ ਪਸਤਾਨ ਜੀ ਗਵਾਹੀ ਕੀ ਪਿਛਲੇ 1 ਸਾਲ ਤੋਂ ਸਤਾਨ ਦੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਸੀ ਪਾਪਾ ਹਰ ਦਿਨ ਇਸ ਤਰ੍ਹਾਂ ਦੇ ਪਤੀ ਔਰ ਇਹਨਾਂ ਦੋਵਾਂ ਦੇ ਵਿੱਚ ਬਹੁਤ ਲੜਾਈ ਝਗੜਾ ਰਹਿੰਦਾ ਸੀ ਇਹ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹ ਭੈਣ ਇੰਨੀ ਜ਼ਿਆਦਾ ਪਰੇਸ਼ਾਨ ਸੀ ਕਿ ਇਸ ਭੈਣ ਨੇ ਆਪਣੇ ਇੱਥੇ ਗਵਾਹੀ ਦੱਸਿਆ ਕਿ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਇੱਕ ਭੈਣ ਹਮਦੇ ਚਰਚ ਵਿੱਚ ਆਉਂਦੀ ਸੀ ਉਸ ਭੈਣ ਨੇ ਇਸ ਨੂੰ ਚਰਚ ਦਾ ਅਨਾਉਂਟਿੰਗ ਆਉਲ ਦਿੱਤਾ ਇਹ ਭੈਣ ਆਪਣੇ ਘਰ ਦੇ ਵਿੱਚ ਚਰਚ ਦਾ ਅਨਾਉਂਟਿੰਗ ਆਉਲ ਲਗਾਉਂਦੇ ਰਹੇ ਔਰ ਪਾਪਾ ਥੋੜ੍ਹੀ ਸ਼ਾਂਤੀ ਹੋਈ ਉਸ ਤੋਂ ਬਾਅਦ ਪਾਪਾ ਜੀ ਇਹ ਭੈਣ ਨੂੰ ਲੱਗਾ ਕਿ ਜੇ ਚਰਚ ਦਾ ਆਉਲ ਲਗਾਉਣ ਦੇ ਨਾਲ ਮੇਰੇ ਇੰਨੀ ਜ਼ਿੰਦਗੀ 'ਚ ਕੰਮ ਹੋ ਸਕਦੇ ਮੈਂ ਚਰਚ ਕਿਉਂ ਨਾ ਜਾਵਾਂ ਔਰ ਪਾਪਾ ਲੋਕਡਾਊਨ ਦੇ ਦਿਨਾਂ ਦੇ ਵਿੱਚ ਜਦ ਲੋਕਡਾਊਨ ਲੱਗਣਾ ਸੀ 15 ਅਪ੍ਰੈਲ ਵਿੱਚ ਪਹਿਲੀ ਵਾਰ ਚਰਚ ਵਿੱਚ ਆਏ ਔਰ ਪਾਪਾ ਜੀ ਤੁਸੀਂ ਇਸ ਭੈਣ ਦੇ ਲਈ ਪ੍ਰਾਰਥਨਾ ਕੀਤੀ ਔਰ ਪਾਪਾ ਜੀ ਤੁਸੀਂ ਇਸ ਭੈਣ ਦੇ ਨੇਤਾ ਤੱਕ ਪ੍ਰਾਰਥਨਾ ਕੀਤੀ ਤੁਸੀਂ ਕਿਹਾ ਤੁਸੀਂ ਬਲੈਸ ਹੋ ਉਸ ਤੋਂ ਬਾਅਦ ਜਦੋਂ ਆਪਣੇ ਘਰ ਦੇ ਵਿੱਚ ਗਏ ਇਸ ਘਰ ਦੇ ਵਿੱਚੋਂ ਬਿਲਕੁਲ ਟੋਟਲ ਉਹ ਸ਼ਾਂਤੀ ਆ ਗਈ ਪਾਪਾ ਲੜਾਈ ਝਗੜਾ ਟੋਟਲ ਖਤਮ ਹੋ ਗਿਆ ਉਸ ਤੋਂ ਬਾਅਦ ਪਾਪਾ ਜੀ ਹੁਣ ਪਿਛਲੇ ਹਫ਼ਤੇ ਫਿਰ ਲੋਕਡਾਊਨ ਤੋਂ ਬਾਅਦ ਚਰਚ ਵਿੱਚ ਆਈ ਔਰ ਪਾਪਾ ਜੀ ਇਸ ਭੈਣ ਦੇ ਅੱਖਾਂ ਦੇ ਵਿੱਚ ਇੱਕ ਸੱਜੀ ਖੱਬੀ ਅੱਖ ਸੱਜੀ ਅੱਖ ਦੇ ਵਿੱਚ ਪਾਪਾ ਜੀ ਅੱਖ ਦੇ ਵਿੱਚ ਮਾਸ ਬੰਧਿਆ ਹੋਇਆ ਸੀ ਇਸ ਭੈਣ ਨੂੰ ਬਹੁਤ ਘੱਟ ਦਿਖਾਈ ਦਿੰਦਾ ਸੀ ਇੰਨਾ ਘੱਟ ਦਿਖਾਈ ਦਿੰਦਾ ਕਿ ਡਾਕਟਰ ਜਦ ਦਿਖਾਇਆ ਡਾਕਟਰਾਂ ਨੇ ਬੋਲਿਆ ਕਿ ਤੇਰਾ ਓਪਰੇਸ਼ਨ ਹੋਵੇਗਾ ਓਪਰੇਸ਼ਨ ਤੈਨੂੰ ਕਰਾਉਣਾ ਹੀ ਪਏਗਾ ਨਹੀਂ ਤੇ ਇਹ ਤੇਰੀ ਅੱਖ ਦੇ ਵਿੱਚ ਹੋਰ ਅੱਖ ਖਰਾਬ ਵੀ ਹੋ ਸਕਦੀ ਆ ਫਟ ਵੀ ਸਕਦੀ ਆ ਇਹ ਭੈਣ ਬਹੁਤ ਜ਼ਿਆਦਾ ਓਪਰੇਸ਼ਨ ਤੋਂ ਡਰਦੇ ਸੀ ਔਰ ਲੱਖਾਂ ਰੁਪਈਆਂ ਦਾ ਖਰਚਾ ਸੀ ਇਹ ਭੈਣ ਆਪਣਾ ਇਲਾਜ ਨਹੀਂ ਕਰਵਾ ਸਕਦੀ ਸੀ ਪਰ ਪਾਪਾ ਪਿਛਲੇ ਅੱਧਾ ਜਦ ਮੰਮਾ ਜੀ ਨੇ ਪਾਪਾ ਇਸ ਭੈਣ ਦੇ ਅੱਖਾਂ ਦਾ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਉਸ ਤੋਂ ਬਾਅਦ ਪਾਪਾ ਜੀ ਇਸ ਭੈਣ ਦੇ ਉਹ ਜੋ ਮਾਸ ਵਧਿਆ ਸੀ ਉਸੇ ਟਾਈਮ ਗੈਬ ਹੋ ਗਿਆ ਉਸੇ ਟਾਈਮ ਉਹ ਦਰਦ ਗੈਬ ਹੋ ਗਈ ਔਰ ਜਦ ਪਾਪਾ ਜੀ ਇਸ ਭੈਣ ਨੂੰ ਆਪਣਾ ਆਪਣਾ ਹਫ਼ਤਾ ਚੈੱਕ ਕਰਕੇ ਆਏ ਨੇ ਇਸ ਗਵਾਹੀ ਦੇ ਲਈ ਪ੍ਰਭੂ ਈਸ਼ਵਰ ਸੇ ਧੰਨਵਾਦ ਕਰਦੇ ਨੇ ਓਕੇ ਆਪਦੀ ਅੱਖ ਬਿਲਕੁਲ ਠੀਕ ਹੈ ਹੁਣ ਹਾਂਜੀ ਠੀਕ ਹੈ ਦਿਖਾਈ ਨਹੀਂ ਦਿੰਦਾ ਸੀ ਪ੍ਰੋਪਰ ਹਾਂਜੀ ਕਾਟੇ ਝੋਲਾ ਝੋਲਾ ਜਿਹਾ ਦੇਖਦਾ ਝੋਲਾ ਪੈਂਦਾ ਕਿਹੜੀ ਅੱਖ ਦੇ ਵਿੱਚ ਸੱਜੀ ਅੱਖ ਦੇ ਵਿੱਚ ਔਰ ਡਾਕਟਰ ਨੇ ਆਪਰੇਸ਼ਨ ਦੇ ਲਈ ਤੁਹਾਨੂੰ ਬੋਲ ਦਿੱਤਾ ਸੀ ਲੇਕਿਨ ਪੈਸੇ ਦੀ ਪ੍ਰੋਬਲਮ ਦੇ ਕਰਕੇ ਆਪਰੇਸ਼ਨ ਨਹੀਂ ਕਰਵਾ ਰਹੇ ਸੀ ਨਹੀਂ ਨਹੀਂ ਪੈਸੇ ਦੇ ਨਹੀਂ ਉਦੋਂ ਮੈਨੂੰ ਡਰ ਹੁੰਦਾ ਓਕੇ ਡਰ ਆ ਲੱਗਦਾ ਸੀ ਤੇ ਅੱਖ ਦਾ ਆਪਰੇਸ਼ਨ ਹੈ ਬੜਾ ਨਾਜ਼ੁਕ ਜਿਹਾ ਪਾਰਟ ਹੈ ਹਾਂਜੀ ਤੇ ਪ੍ਰੋਬਲਮ ਨਾ ਹੋ ਜਾਏ ਉਹਨਾਂ ਵੇਚ ਤੋਂ ਵੀ ਜਾਈਏ ਹਾਂਜੀ ਇਹੀ ਗੱਲ ਕਹਿ ਰਹੇ ਹਾਂਜੀ ਓਕੇ ਆਪਣੀ ਫੈਮਿਲੀ ਮੈਟਰ ਦੇ ਵਿੱਚ ਦੱਸੀ ਕੀ ਪ੍ਰੋਬਲਮ ਸੀ ਕੀ ਲੜਾਈ ਝਗੜਾ ਕਿਸ ਗੱਲ ਤੋਂ ਸੀ ਇਹ ਅਸ਼ੁੱਧ ਆਤਮਾ ਦੇ ਕਾਰਨ ਮੈਂ ਤੁਹਾਨੂੰ ਦੱਸਿਆ ਸੀ ਕਿ ਅਸ਼ੁੱਧ ਆਤਮਾ ਅਗਰ ਕਿਸੇ ਦੇ ਘਰ ਦੇ ਵਿੱਚ ਹੋਏਗੀ ਅਜੇ ਮੈਂ ਹੁਣ ਪੁਲਪਿਟ ਤੇ ਆਇਆ ਖੁਦਾ ਨੇ ਦੱਸਿਆ ਕਿ ਅੱਜ ਤੁਹਾਡੀ ਮੈਰਿਜ ਲਾਈਫ ਬਲੈਸ ਹੋ ਰਹੀ ਹੈ ਯਿਸੂ ਮਸੀਹ ਦੇ ਨਾਮ ਵਿੱਚ ਜੋ ਹਸਬੰਡ ਵਾਈਫ ਦੇ ਵਿੱਚ ਅਸ਼ੁੱਧ ਆਤਮਾ ਪਿਆਰ ਨਹੀਂ ਬੰਦੇ ਦੀ ਉਹ ਅੱਜ ਜਾ ਚੁੱਕੀ ਹੈ ਤੁਹਾਨੂੰ ਛੱਡ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਜਦੋਂ ਅੱਜ ਘਰ ਜਾਓਗੇ ਤੁਹਾਡੀ ਮੈਰਿਜ ਲਾਈਫ ਬਲੈਸ ਡੇ ਹੋਏਗਾ ਅੱਜ ਸਪੈਸ਼ਲ ਖਾਣਾ ਬਣਾ ਕੇ ਖਾਣਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਓਕੇ ਕੀ ਪ੍ਰੋਬਲਮ ਰਹਿੰਦੀ ਸੀ ਤੁਹਾਡੀ ਫੈਮਿਲੀ ਦੇ ਵਿੱਚ ਅਦੇ ਤਾਂ ਵੀ ਮੇਰਾ ਪਤੀ ਦਾਰੂ ਦੂਰ ਪੀਂਦਾ ਹੈ ਤੇ ਜਾਂ ਵੀ ਤੇ ਮੋਟੇ ਦਾ ਜਿਆਦਾ ਲੜਾਈ ਹੋਈ ਓਕੇ ਨਿੱਕੀ ਨਿੱਕੀ ਗੱਲ ਤੋਂ ਚਿੜਚਿੜਾ ਲੜਾਈ ਝਗੜਾ ਕਿੰਨੇ ਸਮੇਂ ਤੋਂ ਇਹ ਪਾਪਾ ਜੀ ਸਾਲ ਹੋ ਗਿਆ ਤੇ ਜਿੱਦਾਂ ਲੋਕਡਾਊਨ ਦੇ ਵਿੱਚ ਮੈਂ ਪਹਿਲਾਂ ਆਈ ਨਾ ਇੱਕ ਐਤਵਾਰ ਉਹ ਦਿਨ ਤੁਸੀਂ ਪ੍ਰੇਅ ਕਰ ਲਈ ਤੇ ਮੈਂ ਰਿਸੀਵ ਕੀਤਾ ਤੇ ਮੁੜ ਕੇ ਮੈਂ ਠੀਕ ਹੈ ਜੀ ਓਕੇ ਲੋਕਡਾਊਨ ਤੋਂ ਪਹਿਲੇ ਰਿਸੀਵ ਕੀਤਾ ਹਾਂਜੀ ਹਾਂਜੀ ਇੱਕ ਹਫ਼ਤਾ ਪਹਿਲਾਂ ਹੁਣ ਤੇ ਲੌਂਗ ਟਾਈਮ ਚੈੱਕ ਕਰਕੇ ਆਏ ਹਾਂਜੀ ਹਾਂਜੀ ਹੁਣ ਬਿਲਕੁਲ ਸ਼ਾਂਤੀ ਹੈ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇੱਕ ਦੂਜੇ ਦੀ ਆਗਿਆਕਾਰੀ ਦੇ ਵਿੱਚ ਵਧੀਆ ਜੀਵਨ ਬਸਰ ਯੈਸ ਜਦੋਂ ਦੁਸ਼ਟ ਆਤਮਾ ਜਾਏਗੀ ਤਾਂ ਪਿਆਰ ਹੋਏਗਾ ਯਿਸੂ ਮਸੀਹ ਦੇ ਨਾਮ ਦੇ ਸ਼ੀਸ਼ੇ ਦਵਾਂਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਤੁਹਾਡੇ ਆਪਣੇ ਘਰ ਲਈ ਤੇ ਇੱਕ ਕਿਸੇ ਨੂੰ ਗਿਫਟ ਕਰਨ ਦੇ ਲਈ ਦੋਗੇ ਕੋਈ ਵੀ ਬਿਮਾਰ ਹੈ ਦੁਖੀ ਹੈ ਲੜਾਈ ਹੈ ਝਗੜਾ ਕਲੇਸ਼ ਹੈ ਗਰੀਬੀ ਹੈ ਨਸ਼ਾ ਹੈ ਇੱਕ ਇੱਕ ਆਇਲ ਉਹਦੇ ਲਈ ਇੱਕ ਆਇਲ ਤੁਹਾਡੇ ਲਈ ਤੁਹਾਡੀ ਸੁਰੱਖਿਆ ਦੇ ਲਈ ਕਿ ਕਦੋਂ ਵੀ ਲੋੜ ਪੈਂਦੀ ਆਇਲ ਲਗਾਓ ਦੁਆ ਕਰੋ ਅਗਰ ਨਹੀਂ ਹੈ ਤੇ ਕਾਲ ਸੈਂਟਰ ਤੋਂ ਪ੍ਰੇਅਰ ਕਰੋ ਔਰ ਆਪ ਬਲੈਸ ਹੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਇਲ ਲਗਾਉਣ ਤੋਂ ਬਾਅਦ ਕੀ ਹੋਣਾ ਸ਼ੁਰੂ ਹੋਇਆ ਸੀ ਠੀਕ ਰਹੇ ਜੀ ਆਇਲ ਲਗਾਉਣ ਦੇ ਨਾਲ ਹੌਲੀ ਹੌਲੀ ਠੀਕ ਠੀਕ ਫਿਰ ਹੋਰ ਵਿਸ਼ਵਾਸ ਵੱਧ ਗਿਆ ਕਹਿੰਦੇ ਜੇ ਆਇਲ ਨੇ ਇੰਨਾ ਕੰਮ ਕੀਤਾ ਹੈ ਤਾਂ ਚਰਚ 'ਚ ਵੀ ਜਾ ਕੇ ਦੇਖਣਾ ਚਾਹੁੰਦਾ ਇਸ ਤੋਂ ਪਹਿਲੇ ਆਪ ਚਰਚ ਨਹੀਂ ਸੀ ਜਾਂਦੇ ਕਰਨ ਬਾਈ ਠੀਕ ਹੈ ਇਸ ਤੋਂ ਪਹਿਲੇ ਚਰਚ ਨਹੀਂ ਜਾਂਦੇ ਸੀ ਹੁਣ ਚਰਚ ਦੇ ਵਿੱਚ ਆ ਕੇ ਕਿਵੇਂ ਲੱਗ ਰਿਹਾ ਹੁਣ ਸਾਨੂੰ ਵਧੀਆ ਲੱਗਦਾ ਹੁਣ ਹਾਂਜੀ ਵਧੀਆ ਲੱਗਦਾ ਹਾਂਜੀ ਪਹਿਲਾਂ ਪਾਪਾ ਜੀ ਮੰਨਦੇ ਨਹੀਂ ਹੁਣ ਆਦੂ ਅੱਜ ਉਹਨਾਂ ਆਪੇ ਜਾ ਤੁਸੀਂ ਜਾਓ ਮਨਾਣਾ ਪੈਣਾ ਯਿਸੂ ਮਸੀਹ ਦੇ ਵਿੱਚ ਪਿਆਰ ਹੀ ਇੰਨਾ ਹੈ ਨਫ਼ਰਤ ਦੇ ਨਾਲ ਕੁਝ ਵੀ ਕੰਮ ਕਰਨ ਜਾਓਗੇ ਕਦੀ ਵੀ ਹੋਣਾ ਅਗਰ ਹੋ ਵੀ ਗਿਆ ਤੇ ਉਹ ਥੋੜੇ ਦਿਨ ਰਵੇਗਾ ਪਰ ਜਿਹੜਾ ਪਿਆਰ ਦੇ ਨਾਲ ਕੰਮ ਕੀਤਾ ਹੋਇਆ ਹੈ ਉਹ ਪਰਮਾਨੈਂਟ ਰਹਿੰਦਾ ਕਿ ਨਹੀਂ ਰਹਿੰਦਾ ਚਰਚ ਇਸੇ ਕਰਕੇ ਯਿਸੂ ਮਸੀਹ ਦਾ ਨਿਕਨੇਮ ਕੀ ਆ ਪ੍ਰੇਮ ਪਿਆਰ ਹੁਣ ਆਪ ਯਿਸੂ ਮਸੀਹ ਦੇ ਵਿੱਚ ਆ ਕੇ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਬਣੇ ਰਹੋ ਔਰ ਆਪਣੇ ਜੀਵਨ ਚ ਜੋ ਕੁਝ ਹੋਇਆ ਲੋਕਾਂ ਨੂੰ ਦੱਸੋ ਤਾਂ ਕਿ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਭੈਣ ਭਰਾ ਨੇ ਜੋ ਕੋਈ ਪੱਥਰ ਦੇ ਅੱਗੇ ਨੇ ਕੋਈ ਮਿੱਟੀ ਦੇ ਅੱਗੇ ਨੇ ਕੋਈ ਲੱਕੜ ਦੇ ਅੱਗੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਜਿਸ ਖੁਦਾ ਨੇ ਸਾਨੂੰ ਇਨਸਾਨ ਬਣਾਇਆ ਉਹ ਖੁਦ ਵੀ ਜ਼ਿੰਦਾ ਹੈ ਉਹ ਨਾ ਮਿੱਟੀ ਚ ਨਾ ਪੱਥਰ ਚ ਨਾ ਲੱਕੜ ਚ ਉਹਨਾਂ ਦਾ ਵੀ ਕਸੂਰ ਨਹੀਂ ਹੈ ਉਹ ਗਾਈਡ ਹੀ ਉਦਾਂ ਦੇ ਹੋਏ ਆ ਉਹਨਾਂ ਦਾ ਕਸੂਰ ਨਹੀਂ ਹੈ ਖੁਦਾ ਨੇ ਕਿਸੇ ਵੀ ਇਨਸਾਨ ਨੂੰ ਮਾੜਾ ਬਣਾਇਆ ਨਹੀਂ ਲੇਕਿਨ ਜਦੋਂ ਕੁਛ ਐਸੇ ਲੋਕ ਜਿਹੜੇ ਹੁੰਦੇ ਨੇ ਆਪਣੀਆਂ ਰੋਟੀਆਂ ਸੇਕਣ ਵਾਲੇ ਉਹ ਲੋਕਾਂ ਨੂੰ ਕੀ ਕਰ ਦਿੰਦੇ ਨੇ
गलत गाइड कर देते हैं। तो लोग बेचारे भोले ने, घर दुश्किल, बच्चों दुश्किल, फैमिली दुश्किलों के कारण वह कहते चलो अगर 10 रुपये इतने दे के इटा दे गाड़ी गल बन जाए तो होर की माड़ा है। पर उन्होंने पता ही नहीं कि जीवन परमेश्वर सब कुछ कर सकता है। वो कहता जे मैं तुसी जिंदा तो मैं भी जिंदा है, तो जिंदा ही जिंदगी आवाज सुन सकता। मुर्दा किसी की आवाज सुन सकता? चल मुर्दे के लागे बह के भावे सवेर तो लैके शामा तक बैठे रहो, आवाज देगा कि नहीं? देख वे लो कि हालेलुया। मैं जो हॉस्पिटल लगा हों सू डेड बॉडी